ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਸਾਰਿਆਂ ਦਾ ਤੇ ਸਵਾਗਤ ਕਰਦਾ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਜਿਹੜਾ ਅੱਜ ਦਾ ਬਲੌਗ ਆ ਜੀ ਤੇ ਆਪਾਂ ਚੱਲੇ ਹਾਂ ਜਲੰਧਰ ਤੇ ਸਾਡੇ ਦੀਪਾਂਸ਼ੂ ਭਾਈ ਦਾ ਅੱਜ ਜਨਮ ਦਿਨ ਆ ਸਾਲਾ ਚੰਡੀਗੜ੍ਹ ਤੋਂ ਜਲੰਧਰ ਚਲੇ ਗਿਆ ਉੱਥੇ ਜਾ ਕੇ ਸਾਦਾ ਪਿਆ ਸਾਨੂੰ ਕਿ ਆ ਜਾਓ ਭਾਜੀ ਮੇਰਾ ਜਨਮ ਦਿਨ ਆ ਤੇ ਤੂੰ ਕੁੜੀ ਆਵੇ ਚੰਡੀਗੜ੍ਹ ਪਾਰਟੀ ਕਰਦੇ ਸਾਨੂੰ ਹੈਂ ਤੇ ਅਸੀਂ ਐਡੀ ਦੂਰੋਂ ਤੇਰੇ ਕਰਕੇ ਇੱਥੇ ਜਾਈਏ ਜਲੰਧਰ ਤੇ ਚਲੋ ਜੀ ਭਰਾ ਤਾਂ ਭਰਾ ਹੀ ਆ ਹੁਣ ਆਪਾਂ ਚੱਲੇ ਹਾਂ ਜਲੰਧਰ ਤੇ ਘੰਟੇ ਕੁ ਤੱਕ ਅਸੀਂ ਜਲੰਧਰ ਪਹੁੰਚਣਾ ਹੁਣ ਅਸੀਂ ਹੈਗੇ ਇਸ ਟਾਈਮ ਲੁਧਿਆਣੇ ਤੁਸੀਂ ਦੇਖ ਸਕਦੇ ਹੋ ਤੇ ਨਾਲ ਮੇਰੇ ਪਾਰਸ ਲਾਂਬਾ ਜੀ ਤੇ ਨਾਲ ਸਾਡਾ ਆਪਣਾ ਕਾਂਗਰਸੀ ਲੀਡਰ ਹੈ ਜੀ ਪੁਲਕਿਤ ਡਾਵਰ ਸੋ ਵੱਡੇ ਵੱਡੇ ਪ੍ਰੈਜ਼ੀਡੈਂਟ ਸਾਹਿਬ ਜੀ ਨੂੰ ਨੀਵੇਂ ਹੋ ਕੇ ਮਿਲਦੇ ਨੇ ਤੇ ਚਲੋ ਹੁਣ ਮਿਲਦੇ ਹਾਂ ਜੀ ਆਪਾਂ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਸਾਲਾ ਕਿਹੜੀ ਪਾਰਟੀ ਕਰਨ ਲੱਗਾ ਕਿਹੜੀ ਨਹੀਂ ਦੇਖਦਾ ਮੇਰਾ ਤੇਲ ਵੀ ਪੂਰਾ ਹੁੰਦਾ ਕਿ ਨਹੀਂ ਚਲੋ ਠੀਕ ਪੂਰੇ ਕਰਕੇ ਜਾਣੇ ਆਪਾਂ ਪੂਰੇ ਠੀਕਣ ਬੰਦੇ ਤਾਂ ਹੀ ਮੈਂ ਦੋ ਨਾਲ ਲੈ ਕੇ ਆਇਆ ਪੈਸੇ ਪੂਰੇ ਹੋ ਯਾਰ ਸਾਡੇ ਪੂਰੇ ਹੋਏ ਤੇ ਚਲੋ ਠੀਕ ਆ ਜੀ ਲਓ ਜੀ ਬਹੁਤ ਬਹੁਤ ਧੰਨਵਾਦ ਸਾਡੇ ਟੋਲ ਵਾਲੇ ਬਾਈ ਦਾ ਦਿਲ ਖੁਸ਼ ਕਰਤਾ ਜਿੱਥੇ 150 ਰੁਪਏ ਲੱਗਣਾ ਸੀ ਮੇਰੀ ਸ਼ਕਲ ਦੇਖ ਕੇ ਕਹਿੰਦਾ ਬਾਈ ਤੂੰ ਗਾਣੇ ਵਧੀਆ ਵਧੀਆ ਕੱਢੀ ਤੇ ਤੂੰ ਗੱਡੀ ਖਿੱਚ ਦੇ ਤੂੰ ਚੱਲ ਜਾ ਕਹਿੰਦਾ ਛੱਡ ਹਾਂ ਤੇ ਬਾਈ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਜਿਹਨੇ ਸਾਨੂੰ ਐ ਜਾਣ ਦਿੱਤਾ ਤੇ ਅੱਗੇ ਖੋ ਟੋਲ ਆਣਾ ਉੱਥੇ ਵਾਲਾ ਵੀ ਐਂ ਕਹਿ ਦੇਵੇ ਉਹ ਵੀ ਕਹਿ ਹੀ ਦੇਵੇ ਲੰਘ ਜਾਓ ਬਾਈ ਲੰਘ ਜਾਓ ਪਰਮਾਤਮਾ ਚੱਲ ਤੂੰ ਐਡਾ ਤਾਂ ਕੀਤਾ ਕਿ 150 ਰੁਪਏ ਬਚਾਇਆ ਚੱਲ ਬਾਈ ਜੇ ਤੂੰ ਮੇਰਾ ਬਲੌਗ ਦੇਖੂਗਾ ਬਾਈ ਤੈਨੂੰ ਧੰਨਵਾਦ ਬਹੁਤ ਜ਼ਿਆਦਾ ਤੇ ਤੂੰ ਵੀ ਚੜ੍ਹਦੀ ਕਲਾ ਚ ਰਹਿ ਤੇ ਹਾਂਜੀ ਦੋਸਤੋ ਆਪਾਂ ਫਗਵਾੜੇ ਪੁੱਜ ਚੁੱਕੇ ਹਾਂ ਤੇ ਫਗਵਾੜਿਓ ਦੋ ਸਵਾਰੀਆਂ ਹੋਰ ਆਪਣੀ ਗੱਡੀ ਚ ਆਈਆਂ ਹੋਈਆਂ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਂਦੇ ਹਾਂ ਲੱਗਦਾ ਗੱਡੀ ਮੁੜਦੀ ਪਈ ਆ ਉਹਨਾਂ ਦੀ ਉਹ ਦੇਖੋ ਤੇਲ ਪਵਾ ਲਿਆ ਉਹਨਾਂ ਨੇ ਤੇਲ ਪਵਾਉਣ ਦਾ ਵੀ ਇੱਕ ਬਹੁਤ ਵੱਡਾ ਰਾਜ ਆ ਆਹ ਦੇਖੋ ਜੀ ਦੋ ਬੰਦੇ ਹੋਰ ਚੰਡੀਗੜ੍ਹੋਂ ਧੱਕੇ ਖਾਂਦੇ ਹੋਏ ਸਾਡੇ ਕੋਲ ਪਹੁੰਚੇ ਨੇ ਆਹ ਦੇਖੋ ਜੀ ਚਲੋ ਉਹ ਦੇਖੋ ਜੀ ਉਹਦੇ ਸਿਗਰਟ ਲਵ ਯੂ ਤੁਸੀਂ ਕਿੱਥੇ ਇੱਥੇ ਚਲੋ ਚਲੋ ਤੇਰੇ ਤਾਂ ਕਿਧਰੋਂ ਕਿਧਰੋਂ ਨਿਕਲਣਾ ਦੇਖੀ ਤੇਲ ਪਵਾ ਲਿਆ ਉਹਨਾਂ ਨੇ ਦੇਖੋ ਜੀ ਮੈਨੂੰ ਚਲੋ ਮੈਂ ਨਹੀਂ ਦੱਸਣਾ ਕੀ ਹਿਸਾਬ ਦਾ ਵਾ ਬਾਅਦ ਚ ਦੱਸਾਂਗੇ ਚਲੋ ਠੀਕ ਆ ਜੀ ਹੈਲੋ ਤੇ ਮੇਰੇ ਵੀਰੇ ਜਲੰਧਰੋਂ ਹਵੇਲੀ ਆ ਗਈ ਹਵੇਲੀ ਆ ਗਈ ਹਵੇਲੀ ਆ ਗਈ ਜੀ ਹਵੇਲੀ ਹਵੇਲੀ ਤੋਂ ਆਉਂਦੇ ਹੋਏ ਚਾਹ ਪੀ ਕੇ ਜਾਣੀ ਇੱਕ ਆਪਾਂ ਤੇ ਜਦੋਂ ਵੀ ਆਏ ਬੰਦੇ ਸਾਡੇ ਦੋ ਹੋਰ ਆ ਗਏ ਪਿੱਛੇ ਗੱਡੀ ਲਾਈ ਆ ਲੋਕੇਸ਼ਨ ਅਸੀਂ ਲਾ ਲਈ ਜਿੱਥੇ ਤੱਕ 18 ਮਿੰਟ ਤੱਕ ਆ ਗਏ ਤੇ ਬਿੱਲੇ ਨਾਲ ਬਹੁਤ ਵੱਡੀ ਕਲੋਲ ਹੋ ਗਈ ਆ ਬਿੱਲੇ ਨਾਲ ਜਿਹੜੀ ਕਲੋਲ ਹੋਈ ਆ ਹੁਣੀ ਮੈਂ ਤੁਹਾਨੂੰ ਦੱਸ ਦਿੰਦਾ ਬਿੱਲਾ ਕਹਿੰਦਾ ਮੇਰੇ ਕੋਲ 200 ਰੁਪਏ ਕੱਢਦਾ ਮੈਨੂੰ 200 ਰੁਪਏ ਪਾ ਦੇ ਤੇ ਜਦੋਂ ਅਸੀਂ 200 ਰੁਪਏ ਪਾਏ ਇੱਕ ਮਿੰਟ ਨਾਕਾ ਲੱਗਾ ਜੀ ਹਾਂਜੀ ਤੇ ਬਿੱਲੇ ਵਾਲੀ ਗੱਲ ਤੇ ਆ ਗਏ ਜੀ ਬਿੱਲਾ ਕਹਿੰਦਾ 200 ਰੁਪਏ ਪਾ ਦੇ ਯਾਰ 200 ਰੁਪਏ ਘੱਟ ਆ ਮੈਂ 200 ਰੁਪਏ ਦਾ ਇਹਨੂੰ ਮੈਸੇਜ ਕਰਦਾ ਗੂਗਲ ਪੇ ਤੇ ਕਿ ਲੋ ਜੀ ਪੇੜ 200 ਰੁਪਏ ਸਾਲਾ ਮੰਨ ਗਿਆ ਖੁਸ਼ ਹੋ ਗਿਆ ਕਿ ਮੈਨੂੰ 200 ਰੁਪਏ ਆ ਗਿਆ ਹੁਣ ਅਸੀਂ ਲੈਣ ਵਾਲੇ ਆ ਬਿੱਲੇ ਤੋਂ ਹੁਣ ਅਸੀਂ 200 ਰੁਪਏ ਬਿੱਲੇ ਤੋਂ ਲੈਣਾ ਤੇ ਆ ਦੇਖੋ ਜੀ ਗੱਡੀ ਕਿੱਦਾਂ ਭਜਾਈ ਇਹਨਾਂ ਨੇ ਹਾਂਜੀ 200 ਰੁਪਏ ਦਿਓ ਸਾਡੇ 200 ਰੁਪਏ ਦਾ 200 ਰੁਪਏ ਦਾ ਬਿੱਲਾ ਕਰਜਾਈ ਕਰਤਾ ਨੇ ਜਾਇ ਜੀ ਅਸੀਂ ਹੁਣ 200 ਰੁਪਏ ਮੰਗਣ ਵਾਲੇ ਆ ਜਾਂਦੇ ਹੀ ਮੰਗ ਲੈਣਾ ਮੈਂ ਉੱਥੇ ਦੇਖੀ ਮੈਨੂੰ 200 ਰੁਪਏ ਦੇ ਦੇ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਜਲੰਧਰ ਦੀਪਾਂਸ਼ੂ ਉਹਨਾਂ ਨੇ ਜਿੱਥੇ ਸਾਨੂੰ ਦਿੱਤਾ ਸੀ ਅਸੀਂ ਉੱਥੇ ਪਹੁੰਚ ਚੁੱਕੇ ਹਾਂ ਸਾਲਾ ਸਾਰਾ ਕੁਝ ਬੰਦ ਆ ਦੀਪਾਂਸ਼ੂ ਨੇ ਯਾਰ ਦੋਸਤ ਬਹੁਤ ਸੱਦੇ ਆਪਣੇ ਤੇ ਦੀਪਾਂਸ਼ੂ ਆ ਰਿਹਾ ਪਜਾਮੇ 'ਚ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਥੈਂਕ ਯੂ ਮੇਰਾ ਭਰਾ ਮੁਬਾਰਕਾਂ ਜੀ ਤੁਹਾਡੇ ਬੈਸਟ ਫਰੈਂਡ ਦਾ ਜਨਮ ਦਿਨ ਅੱਜ ਸਾਡਾ ਵੀ ਭਰਾ ਹੀ ਹੈ ਯਾਰ ਆਪਣਾ ਹੀ ਭਰਾ ਕੀ ਹਾਲ ਚਾਲ ਆ ਭਾਜੀ ਬਾ ਵਧੀਆ ਹੋਰ ਸੁਣਾਓ ਹੋਰ ਜੀ ਤੁਹਾਡਾ ਜਨਮ ਦਿਨ ਕਦੋਂ ਆਉਂਦਾ ਹਲੇ ਦੱਸਿਆ ਨਹੀਂ ਕਿਸੇ ਨੂੰ ਸਾਡੇ ਵੀ ਪਾਰਟੀ ਦੇਖਿਆ ਕਿੰਨਾ ਪਿਆਰ ਆ ਸਾਲਿਆ
ਵੀ ਤੇ ਬੜੀ ਫੁੱਦੂ ਗੱਲ ਕੀਤੀ ਤੂੰ ਸਾਲਿਆ ਤੂੰ ਤੂੰ ਭਰਾ ਨੂੰ ਵਿਸ਼ ਨਹੀਂ ਕੀਤੀ ਤੇ ਸਾਲਿਆ ਸਰਪ੍ਰਾਈਜ਼ ਲੈ ਕੇ ਆ ਗਿਆ ਚੱਲ ਆਇਆ ਜੀ ਪੰਜੂ ਆਜਾ ਸਭ ਤੋਂ ਵਧੀਆ ਸਰਪ੍ਰਾਈਜ਼ ਦਿੱਤਾ ਸਾਡੇ ਦੀ ਪੰਜ ਇਹਨੇ ਸੋਭਿਤ ਨੇ ਲਾਈਟਰ ਦੇ ਬਿਲੇ ਲਾਈਟਰ ਬੀੜੀਆਂ ਵਾਲਾ ਬੀੜੀਆਂ ਵਾਲਾ ਨਾ ਨਾ ਬੀੜੀਆਂ ਵਾਲਾ ਲਾਈਟਰ ਕੱਢ ਪੈਕ ਬਿਲਕੁਲ ਨਹੀਂ ਲਾਉਂਦਾ ਲਾਈਟਰ ਲਾਓ ਅੱਗ ਲਾਓ ਅੱਗ ਕੱਟਣ ਨੂੰ ਫਿਰਨ ਦੇ ਅੱਗ ਤੇ ਲਾ ਲਾ ਓ ਰੁਕ ਜਾ ਮਾਮਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਰੋਟੀ ਦਾ ਟਾਈਮ ਹੋ ਗਿਆ ਰੋਟੀ ਦਾ ਖਾਓ ਖਾਓ ਮੈਂ ਫਿਰ ਰੋਟੀ ਮਿਊਨਿਸ ਨਾਲ ਖਾਵਾਂ ਵੈਜ ਆ ਰਿਹਾ ਤੇਰੇ ਲਈ ਨੌਨ ਵੈਜ ਖਾਈ ਜਾਣਾ ਤੇ ਰੰਗ ਦਿਖਾ ਰੰਗ ਚਿਕਨ ਦਾ ਰੰਗ ਉਹ ਚੈੱਕ ਕਰ ਉਧਰ ਉਧਰ ਆ ਹੈ ਚਿਕਨ ਦਾ ਰੰਗ ਚੈੱਕ ਕਰਾ ਤੂੰ ਇਹਨਾਂ ਨੂੰ ਪਤਾ ਸੰਤਰੀ ਵਾਹ ਜੀ ਵਾਹ ਭਾਈ ਸੇਵਾ ਕਰ ਰਹੇ ਪੂਰੀ ਸਾਡੀ ਚਲ ਜੱਟ ਫੇਰਿਆ ਤਿਆਰ ਖੁੱਤੀ ਪਾਉਣ ਰੋਟੀ ਦਾ ਟਾਈਮ ਹੋ ਗਿਆ ਜੀ ਆ ਬੰਦਾ ਮੇਰਾ ਭਰਾ ਸੈੱਟ ਹੋਇਆ ਪਈ ਅੱਖਾਂ ਚ ਐਦਾਂ ਗੁਲੀਆਂ ਮਾਰ ਜਾਂਦਾ ਐਦਾਂ ਕਰਦਾ ਕਿੰਨੀ ਅੱਖਾਂ ਬੰਦ ਹੋ ਗਈਆਂ ਲੁਧਿਆਣੇ ਆਏ ਆ ਭਾਜੀ ਅਸੀਂ ਮੂੰਹ ਤੇ ਪਾ ਦਾ ਚਾਰਾ ਪੈਣਾ ਖਾ ਖਾ ਸਾਲਿਆ ਕੀ ਬਾਤ ਹੈ ਬਾਈ ਜੀ ਰੋਟੀ ਲੈ ਆਏ ਨੇ ਵਾਹ ਮੈਂ ਸੋਵੀ ਤੇਰੇ ਤੋਂ ਆਸ ਨਹੀਂ ਸੀਗੀ ਤੂੰ ਆਏਗਾ ਪਰ ਬਹੁਤ ਵਧੀਆ ਲੱਗਿਆ ਬਾਬੇ ਤੂੰ ਆਏ ਸਹੀ ਕਰ ਨੂੰ ਲਿਆਣਾ ਸੀਗਾ ਤੂੰ ਉਹ ਮੈਨੂੰ ਮੈਨੂੰ ਉਹਨੇ ਕਿਹਾ ਕਹਿੰਦਾ ਉਹਨੂੰ ਪਤਾ ਹੀ ਨਹੀਂ ਭਾਜੀ ਮੇਰਾ ਜਨਮ ਦਿਨ ਉਹਨੇ ਮੈਨੂੰ ਬੇਸ਼ ਹੀ ਨਹੀਂ ਕੀਤਾ ਕਹਿੰਦਾ ਮੈਂ ਕਿਉਂ ਦਾਦਾ ਰੋਟੀਆਂ ਖਾਓ ਰੋਟੀ 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 ਇਹ ਨਹੀਂ ਟਲਦਾ ਆ ਚੱਕ ਇੱਕ ਮਿੰਟ ਚੁੱਪ ਸਾਰੇ ਦੁਬਾਰਾ ਕਹੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਦੀਪਾਂਸ਼ੂ ₹300 ਹੋਰ ਪਰਮਾ ਚੰਗਾ ਜੀ ਪੰਜੂ ਉਹ ਨਹੀਂ ਨਹੀਂ ਚੱਲੀ ਅਸੀਂ ਯਾਰ ਉਹ ਸਮਝਿਆ ਕਰ ਅਸੀਂ ਫੇਰ ਆ ਜਾਣਾ ਆਹ ਅੱਧੇ ਘੰਟੇ ਦਾ ਰਾਹ ਆ ਸਾਡਾ ਅਸੀਂ ਪਹੁੰਚ ਜਾਣਾ ਆਰਾਮ ਨਾਲ ਗਰਾਰੀ ਨਹੀਂ ਰੋਣੀ ਤੈਨੂੰ ਮੈਂ ਸਮਝਾਉਣਾ ਬਾਹਰ ਆ ਜਾ ਮਾੜੀ ਗੱਲ ਆ ਜਾ ਠੀਕ ਆ ਬਾਈ ਠੀਕ ਆ ਭਾਜੀ ਓਕੇ ਮੈਨ ਬਾਈ ਜੀ ਆਪਾਂ ਮਿਲਦੇ ਹਾਂ 501 ਚ ਕਿ 3 ਚ ਆ ਜਾ ਬਾਹਰ ਤੂੰ ਠੀਕ ਆ ਭਾਜੀ ਇਹਦੀ ਪੰਛੂ ਭਾਈ ਦਾ ਵੱਡਾ ਭਰਾ ਆ ਸਾਲਾ ਹੱਥ 'ਚ ਕੀ ਫੜੀ ਬੈਠਾ ਓਏ ਚੱਲੀਏ ਫਿਰ ਸਾਲਾ ਗੱਦਿਆਂ ਦਾ ਕੀ ਕਰਨਾ ਸੀਗਾ ਤੂੰ ਫੋਨ ਕੀਤਾ ਸੀ ਕਿ ਮੈਂ ਰੁਕਣ ਦੀ ਸਲਾਹ ਰੱਖੀ ਸੀ
ਮੇਰੇ ਭਰਾ ਨੂੰ ਬਹੁਤ ਬਹੁਤ ਜ਼ਿਆਦਾ ਹੈਪੀ ਬਰਥਡੇ ਦੀਆਂ ਮੁਬਾਰਕਾਂ ਪਾਵਾਂ ਸੈੱਟ ਹੋਇਆ ਪਿਆ ਕੋਈ ਚੱਕਰ ਨਹੀਂ ਹੈਗਾ ਤੇ ਸੈੱਟ ਸਾਰੇ ਹੋਏ ਪਿਆ ਤੇ ਆਹ ਦੇਖੋ ਆਪਣਾ ਤੀਜਾ ਭਰਾ ਆਹ ਦੇਖੋ ਘੈਂਟ ਗੱਲਬਾਤ ਤੇ ਆਪਾਂ ਦੁਬਾਰਾ ਤੇਰੇ ਕੋਲ ਫੇਰ ਆਵਾਂਗੇ ਕੱਲ੍ਹ ਜਾਂ ਪਰਸੋਂ ਇਹ ਭਰਾ ਨੂੰ ਲਵ ਯੂ ਆ ਇਹ ਆ ਵੀ ਮਿਹਣ ਆ ਗਈ ਆਪਾਂ ਸਾਰੇ ਲੈ ਹੁਣ ਤਾਂ ਕੀ ਕਰ ਰਿਹਾ ਨੇ ਸਾਨੂੰ ਜਾਣਦੇ ਤੇ ਬਿਨੇ ਭਾਜੀ ਨੂੰ ਸੰਭਾਲੋ ਪੌੜੀਆਂ ਤੋਂ ਡਿੱਗਦਾ ਫਿਰਦਾ ਆ ਗਈ ਰੱਖੀਗਾ ਚੰਗਾ चंगा ओके भाजी मिलते हैं जी दोबारा सोमित गड्डी च बह बहुत सिर खा लिया तू दो सौ रुपया तेन माफ किया दो सौ रुपया माफ हो जाए ना फिर बुला जी बुल पाने कोई दो बंदे चाहिए हम फड़न तेन इना पता चंगा विनय डार्लिंग ओके जान आपा काम करिए फिर है ठीक है लव यू भरा नु मेनू तू राज देनी आ चंगा भाजी चंगा सारे नु ओके जी ओके ओके ठीक है भाजी ओके 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 और तू आपे गल कर ला चंगा दिवांशु हैप्पी बर्थडे फिर लोहड़ी तो अगला दिन केड़ा हुंदा बाय बाय चंगा जी सारिआं नूं भरा दा जन्मदिन ते सारिआं ने कमेंट दे विच बाई नूं हैप्पी बर्थडे विश करनी आ ते मैं तुहानूं पता है लास्ट दी गल दस्सां ਜਿਹੜੇ ਬੰਦੇ ਗਏ ਆ ਨਾ ਜਿਹੜੇ ਬੰਦੇ ਗਏ ਆ ਅੱਜ ਪ੍ਰੇਮ ਢਿੱਲੋਂ ਦੇ ਨਾ ਨਾ ਸੁਣ ਸੁਣ ਪ੍ਰੇਮ ਢਿੱਲੋਂ ਦਾ ਪਤਾ ਕੀ ਚੱਕਰ ਆ ਆ ਪ੍ਰੇਮ ਢਿੱਲੋਂ ਦਾ ਸੁਣ ਤਾਂ ਲੋ ਉਹ ਮੈਂ ਕਿਹਾ ਜਿਹੜੇ ਬੰਦੇ ਆਪਣੇ ਗਏ ਆ ਨਾ ਆਪਾਂ ਨੂੰ ਖੁਸ਼ੀ ਬਹੁਤ ਆ ਪਰ ਚੱਕਰ ਪਤਾ ਕੀ ਆ ਮਹਾਰਾਜ ਬਿੱਲ ਹਜੇ 2000 ਦਾ ਹੋਰ ਮੰਨਣਾ ਦੀ ਬਚ ਗਿਆ ਚੱਲ ਠੀਕ ਆ ਦੀ ਪੰਜ ਚੰਗਾ ਹੈਪੀ ਬਰਥਡੇ ਯਾਰ ਬਸ ਭਾਜੀ ਬਸ ਚਲੀਏ 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 ਚੰਗਾ ਉਹ ਤੂੰ ਗੱਡੀ 'ਚ ਬਹਿ ਜਾ ਸਾਲਿਆ ਡਰਾਮੇ ਕਰੀਏ ਨਾ ਹਾਂ ਹਾਂ ਦੋ ਸੌ ਰੁਪਇਆ ਠੀਕ ਆ ਚੰਗਾ ਜੀ ਤੇ ਸਾਰਿਆਂ ਨੂੰ ਚੰਗਾ ਜੀ ਤੇ ਜੇ ਬਲੌਗ ਵਧੀਆ ਲੱਗਿਆ ਤਾਂ ਸਾਰੇ ਜਾਣੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਇੰਨਾ ਕਿ ਸਾਡਾ ਜਨਮਦਿਨ ਸੀ ਹੁਣ ਗੱਡੀ ਲੁਧਿਆਣੇ ਪੜੀਆਂ ਸੀ ਜਲੰਧਰ ਆ ਚੁੱਕੇ ਹਾਂ ਤੇ ਸਾਰਿਆਂ ਨੂੰ ਮੇਰੇ ਵੱਲੋਂ ਲਵ ਯੂ ਆ ਤੇ ਨਾਲੇ ਹਾਂ ਗਾਣਾ ਆ ਰਿਹਾ ਆਪਣਾ ਬਹੁਤ ਜਲਦੀ ਥੈਂਕ ਯੂ ਸੋ ਮੱਚ ਲਵ ਯੂ